ਭੀੜ ਸੀ ਜਦੋਂ ਸਿੱਖਾਂ ਨੂੰ ਚੁਣ ਚੁਣ ਕੇ ਮਾਰ ਰਹੇ ਸੀ, ਕਿਹੜੇ ਨਾਰੇ ਸੀ ਉਹਨਾਂ ਦੇ, ਕੀ ਗੱਲਾਂ ਕਰਦੇ ਸੀ ਉਹ? ਪਕੜੋ ਪਕੜੋ ਵੋ ਗਿਆ ਸਰਦਾਰ, ਪਕੜੋ ਪਕੜੋ ਮਤ ਛੋੜੋ ਇਸਕੋ, ਭਾਗਤਾ ਹੈ ਤੋ ਲਾਠੀ ਮਾਰੋ, ਇਸਕੀ ਲਾਤੇ ਤੋੜ ਦੋ, ਨਹੀਂ ਭਾਗੇਗਾ, ਇੱਕ ਵੀ ਸਰਦਾਰ ਨਾ ਛੱਡੋ, ਜਿਹੜਾ ਛੋਟਾ ਵੀ ਛੱਡ ਦੋਗੇ ਤਾਂ ਉਹ ਸੱਪ ਦਾ ਬੱਚਾ ਹੈਗਾ, ਸਾਨੂੰ ਡਸੇਗਾ। ਜਿਹੜੇ ਮਤਲਬ ਛੋਟੇ ਬੱਚੇ ਹੱਥ ਵਿੱਚ ਵੀ ਲਾਠੀ ਸੀਗੀ, ਮਾਂ ਨੂੰ ਇੱਕ ਜਿਵੇਂ ਆ ਗਈ ਟੋਲੀ, ਉਹ ਜਿਵੇਂ ਦੌੜ ਨਾ ਸਕੇ, ਪਹਿਲੇ ਲੱਤਾਂ ਤੋੜਦੇ ਸੀਗੇ, ਉਹ ਡਹਿ ਜਾਂਦੇ, ਉਹਨਾਂ ਨੂੰ ਫਿਰ ਦੂਜੀ ਟੋਲੀ ਆ ਗਈ ਅਗਲਾ ਛੱਡਦੀ, ਉਹ ਤੜਪਦੇ ਰਹਿੰਦੇ, ਬੁਝਾਉਣ ਵਾਲਾ ਕੋਈ ਨਹੀਂ। ਉੱਥੇ ਇੱਕ ਪੁੱਤ ਵੀ ਸੜਦਾ ਪਿਆ, ਪਿਓ ਰਜਾਈ ਗੁਦੜੀ ਨਾਲ ਲੁਕਿਆ ਹੋਇਆ ਸੀਗਾ, ਉਹ ਬਚ ਕੇ ਆ ਗਿਆ, ਲੈ ਮਿਲਟਰੀ ਨੇ ਬਚਾ ਤਾ। ਮਿਲਟਰੀ ਦਾ ਮੈਂ ਸ਼ੁਕਰੀਆ ਅਦਾ ਕਰਦੀ ਹਾਂ, ਜਿੰਨੇ ਸਦੱਸਿਆ ਕਿਸੇ ਦਾ ਵੀ ਬਚ ਗਿਆ। ਮੇਰੇ ਨੰਦੇ ਬੁਤੇਰੇ ਹੱਥ ਪੈਰ ਜੋੜੇ ਨਹੀਂ ਛੱਡੇ, ਕਦੇ ਨਹੀਂ ਤੇਰੇ ਲੰਗੜੇ ਪੁੱਤ ਨੂੰ ਵੀ ਮਾਰ ਦੇਵਾਂਗੇ, ਚਲੀ ਜਾਈ ਦਰੂ ਬੁੜੀਆ। ਚਲੀ ਗਈ ਵਿਚਾਰੀ, ਕੀ ਕਰੇ ਫਿਰ, ਕਹੀ ਕਿ ਬੇਟਾ ਤੋਂ ਬਚਾਈ ਲਓ, ਅਤੇ 60 ਸਾਲ ਦੇ ਜਿਹਦੇ ਦੰਦ ਨਹੀਂ ਸੀ ਕਿ ਉਹ ਕਿਹੜਾ ਕਿਸੇ ਨਾਲ ਲੜਦਾ, ਉਹਨੂੰ ਵੀ ਮਾਰ ਦਿੱਤਾ। ਜਿਹੜੇ ਔਰਤਾਂ ਨੂੰ ਦੇਖਦੇ ਸੀਗੇ, ਫਿਰ ਉਹਨਾਂ ਨੂੰ ਪਤਾ ਸੀ ਕਿ ਇਸ ਕਾਨੂੰਨ ਦੀ ਕਿਸੇ ਨੂੰ ਜਵਾਨ ਹੈਗੀ, ਕਿਸੇ ਦੀ ਧੀ ਜਵਾਨ ਹੈਗੀ, ਫਿਰ ਉਹ ਲੈ ਜਾਂਦੇ ਸੀਗੇ। ਅਸੀਂ ਬੇਵਸੇ ਹੋ ਗਏ ਜਦੋਂ ਸਰਕਾਰ ਨੇ ਹੱਥ ਖੜੇ ਕਰ ਦਿੱਤੇ, ਤੇ ਫਿਰ ਬਾਕੀ ਬੀਬੀਆਂ ਕੀ ਕਰਦੀਆਂ, ਕੁਛ ਨਹੀਂ ਕਰ ਸਕੀਆਂ। ਹਾਂਜੀ, ਔਰਤਾਂ ਨੂੰ ਚੱਕੇ ਲੈ ਗਏ, ਕੁਛ ਵੀ ਨਹੀਂ ਛੱਡਿਆ। ਹਾਂਜੀ, ਕੁਛ ਲੈ ਗਏ ਲੁੱਟ ਕੇ, ਸਾੜ ਦਿੱਤਾ, ਲੈ ਗਏ ਲੁੱਟ ਕੇ, ਜਿਵੇਂ ਰੱਬ ਨੇ ਉਹਨਾਂ ਨੂੰ ਕੁਛ ਦਿੱਤਾ ਹੀ ਕੋਈ ਨਹੀਂ ਸੀਗਾ ਜ਼ਿੰਦਗੀ ਦੇ ਵਿੱਚ। ਇੰਨਾ ਕਿਸੇ ਨਾਲ ਵੇਰ ਕਰਨਾ ਅੱਛੀ ਗੱਲ ਨਹੀਂ, ਕਿਸੇ ਨੂੰ ਜਿੰਦੇ ਨੂੰ ਸਾੜਨਾ ਅੱਛੀ ਗੱਲ ਨਹੀਂ ਹੈਗੀ। ਇੰਨਾ ਸਾਡੇ ਨਾਲ ਬੇਇਨਸਾਫ ਹੁੰਦਾ ਰਿਹਾ, ਸਰਕਾਰ ਕਰਵਾਉਂਦੀ ਨਹੀਂ ਬੈਠੀ ਵਿੱਚ, ਪੁਲਿਸ ਨੂੰ ਕਹਿੰਦੇ ਭਾਈ ਸਾਹਿਬ ਜੀ ਬਚਾ ਲਓ, ਕਹਿੰਦਾ ਜੀ ਹਮ ਨਹੀਂ ਬਚਾ ਸਕਤੇ, ਅਤੇ ਇਸਕਾ ਮਤਲਬ ਅਤੇ ਜਿਹਦੀ ਸਰਕਾਰ ਸੀਗੀ ਅਤੇ ਉਹਨੇ ਭੜਕਾਇਆ ਨਾ ਪੁਲਿਸ ਨੂੰ ਵੀ, ਅਤੇ ਪੁਲਿਸ ਹੁਣ ਤਾਂ ਕਿੱਥੇ ਜਾਓ, ਮਾੜਾ ਜਿਹਾ ਕੋਈ ਕਿਸੇ ਦਾ ਐਕਸੀਡੈਂਟ ਹੋਵੇ ਅਤੇ ਚਾਈ ਚਾਈ ਕਰਦੀ ਦੌੜੇਗੀ ਪੁਲਿਸ ਉਹਨੂੰ ਬਚਾਉਣ ਵਾਸਤੇ, ਅੱਖਾਂ ਦੇ ਸਾਹਮਣੇ ਜਲਦੇ ਪਏ ਨੇ। ਇਹਨੇ 2.5 ਲੱਖ ਰੁਪਏ ਦੇ ਨੇੜੇ ਤੇੜੇ ਇਹ ਬਿੱਲ ਆਇਆ, ਫਿਰ ਇਹ ਤਾਂ ਕਿੱਥੋਂ ਭਰਿਆ ਜਾ ਸਕਦਾ ਜਦੋਂ ਕੋਈ ਗੁਜ਼ਾਰਾ ਕਰਨ ਦਾ ਕੋਈ ਸਾਧਨ ਹੀ ਨਹੀਂ ਹੈ, ਕੋਈ ਆਮਦਨ ਦਾ ਸੋਰਸ ਨਹੀਂ? ਇਹ ਸਰਕਾਰ ਨੂੰ ਸੋਚਣਾ ਚਾਹੀਦਾ ਨਾ, ਭੇਜੀ ਜਾ ਰਹੇ ਬਿੱਲ, ਜਦੋਂ ਕਮਾਉਣ ਵਾਲਾ ਕੋਈ ਰਿਹਾ ਹੀ ਨਹੀਂ, ਕੁਛ ਵੀ ਨਹੀਂ ਤਾਂ ਹੈਗਾ ਹੜ ਪੱਲੇ, ਨੌਕਰੀ ਨਹੀਂ ਹੈਗੇ। ਅਸੀਂ ਸੋਚਦੇ ਹਾਂ ਕਿ ਚਾਹੇ ਟੂਟੀ ਭੱਜੀ ਜਿੱਦਾਂ ਦੀ ਵੀ, ਕੋਈ ਇੱਕ ਨੌਕਰੀ ਸਾਡੇ ਬੱਚੇ ਨੂੰ ਦੇ ਦੇਵੇ। ਜਿੰਨੇ ਵੀ ਪੈਸੇ ਸੀਗੇ ਨਾ, ਅਸੀਂ ਤਾਂ ਮਕਾਨਾਂ ਦੇ ਉੱਤੇ ਪੈਸਾ ਲਾਇਆ, ਤਾਂ ਜੇ ਰਹਿਣ ਜੋਗੇ ਹੋਏ ਨਹੀਂ ਤਾਂ ਟੱਪ ਦੇ ਟੱਪ ਕਰਦੇ ਸੀਗੇ, ਉੱਧਰ ਟੁੱਟ ਗਿਆ, ਉੱਧਰ ਦੀਵਾਰ ਡਿੱਗ ਗਈ, ਉੱਧਰ ਡਿੱਗ ਗਈ, ਬਾਹਰੋਂ ਵੀ ਦੇਖੋ ਹਾਲਤ ਖਰਾਬ ਹੈ, ਪੈਸਾ ਉੱਤੇ ਲਾਇਆ ਤਦ ਰਹਿਣ ਜੋਗੇ ਹੋਏ ਆ। ਅਤੇ ਹੁਣ ਮਕਾਨ ਦੀ ਕਿਸ਼ਤ ਵੀ ਆ ਗਈ ਹੈ, ਬਿਜਲੀ ਦਾ ਬਿੱਲ ਵੀ ਆ ਗਿਆ ਹੈ, ਉਹ ਤਾਂ ਲਿਆ ਦਿਆ ਕੁਛ ਨਹੀਂ, ਸਰਕਾਰ ਨੇ ਇਨਕੁਆਇਰੀ ਨਹੀਂ ਕੀਤੀ, ਸਰਕਾਰ ਨੇ ਸਾਡੇ ਬੱਚਿਆਂ ਵਾਸਤੇ ਕੁਛ ਨਹੀਂ ਕੀਤਾ, ਹੱਥਾਂ ਨਾਲ ਕਤਲੇਆਮ ਕਰਾਇਆ, ਖੜ੍ਹੇ ਹੋ ਕੇ ਕਤਲੇਆਮ ਕਰਾਇਆ, ਜਦੋਂ ਇੰਨੀ ਹਾਲਤ ਹੋਣ ਦੇ ਬਾਵਜੂਦ ਰਾਜੀਵ ਕਹਿੰਦਾ ਹੀ ਆ ਬੜਾ ਪੇੜ ਗਿਰਤਾ ਅਤੇ ਪ੍ਰਿਥਵੀ ਹਿਲਤੀ ਹੈ, ਜੇਕਰ ਪ੍ਰਿਥਵੀ ਹਿਲੀ ਤਾਂ ਕੇਵਲ ਸਿੱਖੋ ਕਿਲੀ ਕਿਉਂ ਹਿਲੀ? ਉਹ ਘਟਨਾ ਵਾਪਰ ਜਾਂਦੀ ਹੈ, ਕਿੰਨੇ ਦਿਨ ਬਾਅਦ ਮਾਹੌਲ ਆ ਜਿਹੜਾ ਥੋੜ੍ਹਾ ਜਿਹਾ ਠੰਡਾ ਹੁੰਦਾ, ਸੁਖਾਲਾ ਹੁੰਦਾ ਹੈ? ਇਹ ਘੱਟ ਤੋਂ ਘੱਟ ਮਹੀਨੇ 2 ਮਹੀਨੇ ਹੋ ਗਏ ਸੀਗੇ ਬੈਠੇ ਰਹੇ, ਫਰਚ ਬਾਜ਼ਾਰ 'ਚ ਬੈਠੇ ਰਹੇ, ਅਤੇ ਨਾਲੇ ਰਕਾਬਗੰਜ ਗੁਰਦੁਆਰੇ ਬੈਠੇ ਰਹੇ, ਅਤੇ ਨਾਨਕਸਰ ਗੁਰਦੁਆਰੇ 'ਚ ਬੈਠੇ ਰਹੇ, ਫਿਰ ਧੀਰੇ ਧੀਰੇ ਰੋਂਦੇ ਰੋਂਦੇ, ਕੋਈ ਕੱਪੜੇ ਦੀ ਪੋਟਲੀ ਲਾ ਰਿਹਾ,
ਕੋਈ ਬਰੇਡ ਲੈ ਰਿਹਾ, ਕੋਈ ਦੁੱਧ ਲੈ ਰਿਹਾ, ਉਹ ਚੱਲਦੇ ਰਹੇ। ਅਸੀਂ ਕਿ ਵੀ ਇੰਨੇ ਚਿਰ ਕਿਸ ਤਰ੍ਹਾਂ ਚੱਲੇਗਾ ਜੀ, ਜਾਂ ਸਾਨੂੰ ਆਪਣੇ ਘਰ 'ਚ ਹੀ ਭੇਜ ਦਿਉ। ਜਦੋਂ 1984 ਦੀ ਗੱਲ ਹੁੰਦੀ ਆ ਤਾਂ ਫਿਰ ਸਿੱਖ ਕਤਲੇਆਮ ਚੇਤੇ ਆ ਜਾਂਦਾ, ਜਦੋਂ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਉਸ ਤੋਂ ਬਾਅਦ ਸਿੱਖਾਂ ਨੂੰ ਚੁਣ ਚੁਣ ਕੇ ਕਤਲ ਕੀਤਾ ਗਿਆ। ਬੜੀ ਪਲੈਨਿੰਗ ਦੇ ਨਾਲ ਸਿੱਖਾਂ ਨੂੰ ਜਿਹੜਾ ਜਿਉਂਦੇ ਹੀ ਸਾੜ ਦਿੱਤਾ ਗਿਆ, ਬਲ ਦੇ ਜਿਹੜੇ ਟਾਇਰ ਨੇ ਉਹਨਾਂ ਦੇ ਗਲਿਆਂ ਦੇ ਵਿੱਚ ਪਾਏ ਗਏ। ਅਸੀਂ ਦਿੱਲੀ ਦੇ ਵਿੱਚ ਹਾਂ, ਤਿਲਕ ਨਗਰ ਦੇ ਵਿੱਚ ਹਾਂ। ਸਾਡੇ ਨਾਲ ਇੱਕ ਪਰਿਵਾਰ ਆ, ਇੱਕ ਬੀਬੀ ਆ ਜਿਨ੍ਹਾਂ ਦੇ ਪਤੀ ਨੂੰ ਜਿਹੜਾ ਜਿੰਦਾ ਹੀ ਕਤਲ ਕਰ ਦਿੱਤਾ ਗਿਆ। ਤਾਂ ਇਹ ਜਿਹੜਾ ਦਿਨ ਨੇ ਉਹਨਾਂ ਨੂੰ ਸਿੱਖ ਕਦੇ ਵੀ ਨਹੀਂ ਭੁੱਲ ਸਕੇ। ਤਾਂ ਉਹ ਗ੍ਰੰਥੀ ਸਿੰਘ ਸੀ, ਗੁਰਦੁਆਰਾ ਸਾਹਿਬ ਦੇ ਵਿੱਚ ਡਿਊਟੀ ਨਿਭਾਉਂਦੇ ਸੀ। ਗੱਲਬਾਤ ਕਰਾਂਗੇ ਵੀ ਕਿਸ ਤਰ੍ਹਾਂ ਘਟਨਾ ਵਾਪਰੀ। ਅੱਜ ਵੀ ਇਹਨਾਂ ਦੇ ਅੱਖਾਂ ਦੇ ਵਿੱਚ ਹੰਝੂ ਨੇ, ਭਾਵੇਂ ਕਿ 40 ਸਾਲ ਦਾ ਸਮਾਂ ਹੋ ਚੁੱਕਿਆ, ਪਰ ਫਿਰ ਵੀ ਆਪਣੇ ਪਰਿਵਾਰਕ ਮੈਂਬਰ ਜਿਹੜੇ ਇਹਨਾਂ ਦੇ ਵਿਛੜ ਗਏ ਨੇ, ਅੱਜ ਵੀ ਉਹਨਾਂ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਸਾਡੇ ਨਾਲ ਨੇ। ਬੀਬੀ ਜੀ, ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬੀਬੀ, ਸਭ ਤੋਂ ਪਹਿਲਾਂ ਦੱਸੋ ਤੁਹਾਡੇ ਪਤੀ ਦਾ ਨਾਮ ਕੀ ਸੀ ਅਤੇ ਕਿੱਥੇ ਗ੍ਰੰਥੀ ਸਿੰਘ ਦੀ ਡਿਊਟੀ ਨਿਭਾਉਂਦੇ ਸੀ? ਮੇਰੇ ਪਤੀ ਦਾ ਨਾਮ ਸੀਗਾ ਗਿਆਨ ਸਿੰਘ, ਡਿਊਟੀ ਕਰਦੇ ਸੀਗੇ ਸੁਲਤਾਨਪੁਰੀ P3 'ਚ, ਬੈਨ ਸੜਕ 'ਤੇ ਸੀਗਾ ਗੁਰਦੁਆਰਾ। ਲੇਕਿਨ ਸਾਡੇ ਤਾਂ ਪਿੰਡੋਂ ਕੋਈ ਆਇਆ ਸੀਗਾ ਸਦੱਸਿਆ, ਉਹਨੂੰ ਮੰਗੋਲਪੁਰੀ ਤੱਕ ਛੱਡਣ ਗਿਆ ਸੀਗਾ। ਲੇਕਿਨ ਸਾਡੇ ਕਿਸੇ ਨਾਲ ਕੋਈ ਵੈਰ ਦੁਸ਼ਮਣੀ ਸੀਗੀ ਨਹੀਂ, ਬੇਧੜਕ ਹੋ ਕੇ ਚਲੇ ਗਏ ਸਨ। ਉਦੋਂ ਜਦੋਂ ਛੱਡ ਕੇ ਆਇਆ ਤਾਂ ਉਦੋਂ ਦੇਖਿਆ ਅਤੇ ਬੰਬੜ ਮੱਚੇ ਹੋਏ ਦੂਰ ਦੂਰ ਤੱਕ। ਕਿੰਨੀ ਤਰੀਕ ਸੀ ਉਸ ਦਿਨ? 1 ਤਾਰੀਖ ਜੀ, ਸਵੇਲੇ ਸਵੇਲੇ ਜੀ। ਔਰ ਮਾਰੋ ਮਾਰੋ ਜੀ, ਪਕੜੋ ਪਕੜੋ ਸਰਦਾਰਾਂ ਨੂੰ ਮਾਰੋ, ਸਾਡੀ ਮਾਂ ਮਾਰ ਦਿੱਤੀ ਆ, ਇੱਕ ਵੀ ਸਰਦਾਰ ਨਾ ਛੱਡੋ, ਜਿਹੜਾ ਛੋਟਾ ਵੀ ਛੱਡ ਦੋਗੇ ਤਾਂ ਉਹ ਸੱਪ ਦਾ ਬੱਚਾ ਹੈਗਾ, ਸਾਨੂੰ ਡਸੇਗਾ। ਅਤੇ ਇਹ ਅਫਸੋਸ 'ਚ ਆ ਗਏ ਵੀ ਇਹ ਕੀ ਗੱਲ ਹੋ ਗਈ ਆ, ਅਚਾਨਚਕ ਹੀ ਇਸ ਤਰ੍ਹਾਂ ਵੀ ਬੰਬੜ ਮੱਚ ਗਏ। ਉਸ ਵੇਲੇ ਕੋਈ TV ਰੇਡੀਓ ਨਹੀਂ ਸੀਗਾ, ਜੇ ਕੋਈ ਸਮਾਚਾਰ ਦੇਖ ਲਿਆ ਬਈ ਕੋਈ ਇੰਦਰਾ ਨੂੰ ਕਿਸੇ ਨੇ ਮਾਰਿਆ ਜਾਂ ਨਹੀਂ ਮਾਰਿਆ, ਸਾਨੂੰ ਕੀ ਪਤਾ। ਉਹ ਸਾਧਬੂ ਦੇ ਹੋਏ ਚੱਲੇ ਗਈ, ਸਿਰ ਦੇਖਿਆ ਤਾਂ ਗੁਰਦੁਆਰੇ ਨੂੰ ਲੱਗੇ ਹੋਏ ਸੀਗੇ, ਅਤੇ ਉਹਦਾ ਦਰਵਾਜ਼ਾ ਤੋੜਤਾ, ਜਿਹੜੇ ਵਾਜੇ ਤਬਲੇ ਸੀਗੇ ਲੈ ਗਏ, ਅਤੇ ਨਾਲੇ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਆ ਕੇ ਹਮਲਾ ਕਰ ਦਿੱਤਾ ਸੀ ਜੀ। ਕਿੰਨੀ ਭੀੜ ਸੀ? ਭੀੜ ਕਾਫੀ ਸੀਗੇ, ਛੋਟੇ ਮੋਟੇ, ਉੱਥੇ ਕੋਈ ਫੂਡ ਗਾਉਂ ਵੀ ਹੈਗਾ, ਉੱਧਰੋਂ ਟਰੱਕਾਂ ਭਰ ਕੇ ਆ ਰਹੇ ਸੀਗੇ, ਜਿਹੜੇ 407 ਕਹਿੰਦੇ ਗੱਡੀ ਨੂੰ, ਉਹ ਭਰ ਭਰ ਕੇ ਆ ਰਹੀਆਂ ਸੀਗੀਆਂ। ਪਰਲੇ ਪਾਸੇ ਸਾਰੇ ਬਜੇ ਲੋਕ ਹੀ ਸੀਗੇ। ਕਿਹੜੇ ਕਿਹੜੇ ਹਥਿਆਰ ਸੀ ਉਹਨਾਂ ਦੇ ਕੋਲ? ਉਹਨਾਂ ਦੇ ਕੋਲ ਜਿੰਨੇ ਤੇ ਛੋਟੀ ਛੋਟੀ ਲਾਠੀਆਂ ਸੀਗੀਆਂ, ਔਰ ਕੋਈ ਤਲਵਾਰੇ ਸੀਗੇ, ਕੋਈ ਖੰਜਰ ਸੀਗੇ, ਜਿਹੜੇ ਮਤਲਬ ਛੋਟੇ ਬੱਚੇ ਹੱਥ ਵਿੱਚ ਵੀ ਲਾਠੀ ਸੀਗੀ। ਮਾਂ ਨੂੰ ਇੱਕ ਜਿਵੇਂ ਆ ਗਈ ਟੋਲੀ, ਉਹ ਜਿਵੇਂ ਦੌੜ ਨਾ ਸਕੇ, ਪਹਿਲੇ ਲੱਤਾਂ ਤੋੜਦੇ ਸੀਗੇ, ਉਹ ਡਹਿ ਜਾਂਦੇ, ਉਹਨਾਂ ਨੂੰ ਫਿਰ ਦੂਜੀ ਟੋਲੀ ਆ ਗਈ ਅਗਲਾ ਛੱਡਦੀ, ਉਹ ਤੜਪਦੇ ਰਹਿੰਦੇ, ਪੁਜਾਉਣ ਵਾਲਾ ਕੋਈ ਨਹੀਂ। ਅਤੇ ਬਾਕੀ ਹੁਣ ਬੀਬੀਆਂ ਵਿਚਾਰੀਆਂ ਬੇਖਬਰ ਹੋ ਗਈਆਂ, ਹੁਣ ਕੀ ਕਰੇ, ਬੱਚੇ ਨੂੰ ਦੇਖੇ ਜਾਂ ਪਤੀ ਨੂੰ ਸਾਂਭੇ? ਪਤੀ ਬੰਬੜ ਮੱਚਦਾ, ਪਤੀ ਕਹਿੰਦਾ ਤੁਸੀਂ ਬੱਚੇ ਨੂੰ ਬਚਾ ਕੇ ਲੈ ਜਾਓ। ਤੁਹਾਨੂੰ ਕਿਵੇਂ ਪਤਾ ਲੱਗਦਾ ਕਿ ਤੁਹਾਡੇ ਪਤੀ ਨੂੰ ਇਸ ਤਰ੍ਹਾਂ ਉਹਨਾਂ ਨੇ ਜ਼ਾਲਮਾਂ ਤਰੀਕੇ ਦੇ ਨਾਲ ਜਿਹੜਾ ਸ਼ਹੀਦ ਕਰ ਦਿੱਤਾ? ਸਾਡੀ ਮਾਮੀ ਸੀਗੀ ਗੋਪੀ ਕੌਰ, ਉਹ ਕਹਿੰਦਾ ਤੁਹਾਡਾ ਮਾਮਾ ਵੀ ਉਹਦੇ ਨਾਲ ਹੀ ਸੀਗਾ, ਉਹਨਾਂ ਨੂੰ ਵੀ ਮਾਰ ਦਿੱਤਾ, ਲਾਟੀਆਂ ਮਾਰ ਮਾਰ ਕੇ ਪਾਰਕ 'ਚ ਲੈ ਗਏ ਨੇ,
ਉੱਥੇ ਜਾ ਕੇ 5-6-7 ਬੰਦੇ ਸੀਗੇ ਇਕੱਠੇ, ਉਹਨਾਂ ਨੂੰ ਮਾਰਤਾ ਵੀ ਇੱਥੇ ਵੀ ਦੇ ਜੇ ਪਾਰਕ ਸੀਗਾ ਜਿੱਥੇ ਗੁਰਦੁਆਰਾ ਸੀਗਾ ਉੱਥੇ ਉਹਨਾਂ ਨੂੰ ਮਾਰ ਦਿੱਤਾ ਸਾਰਿਆਂ ਨੂੰ, ਕਾਫੀ ਮਾਰਿਆ ਉਹਨਾਂ ਨੂੰ। ਫਿਰ ਸਾਰੇ ਕਹਿੰਦੇ ਇੱਕ ਨਾਲ ਹੀ ਸੀਗੀ ਇੱਕ ਜਨਾਨੀ ਵਿਚਾਰੇ, ਉਹਨਾਂ ਉਹ ਅੱਛੇ ਸੀਗੇ ਵਿੱਚ ਹਿੰਦੂ ਸੀਗੇ, ਪਰ ਉਹ ਕਹਿੰਦੇ ਤੁਮੇ ਵੀ ਮਾਰ ਦੇਗੇ ਤੂੰ ਇਹਾਂ ਸੇ ਚਲੇ ਜਾਓ, ਕਾਫੀ ਚਲੇ ਗਈ ਹੈ C4 ਵਿੱਚ ਚਲੇ ਜਾਓ ਆਪ। ਤੇ C4 ਚ ਦੇਖਿਆ ਜਦੋਂ ਘਟਨਾ ਵਾਪਰਦੀ, ਜਦੋਂ ਤੁਹਾਨੂੰ ਪਤਾ ਲੱਗਦਾ ਤੁਸੀਂ ਕਿੱਥੇ? ਘਰ ਦੇ ਵਿੱਚ ਸੀ? ਘਰ ਦੇ ਵਿੱਚ ਸੀਗੇ, ਮੇਰੇ ਨਨਾਣ ਦਾ ਘਰ ਸੀਗਾ ਅਤੇ ਉਹਦੇ 'ਚ ਲੁਕੇ ਹੋਏ ਸੀਗੇ। ਤਦ ਉਹਨੇ ਕਹਿ ਕੇ ਆਪ ਕੇ ਨਾ ਸਾਰੇ ਉਹ ਇਕੱਠੇ ਹੋ ਰਹੇ ਸੀ। C4 ਦੀ ਪਾਰਕ ਹੈਗੀ, ਜਦੋਂ 3 ਦਿਨ 3 ਰਾਤਾਂ ਹੋ ਚੁੱਕੀਆਂ, ਭੁੱਖੇ ਮਰਦੇ ਪਏ ਸਨ ਅਤੇ ਮਿਲਟਰੀ ਆ ਗਈ 'ਚ, ਅਸੀਂ ਸਾਨੂੰ ਸਮਝ ਨਾ ਲੱਗੇ ਕਿ ਮਿਲਟਰੀ, ਅਸੀਂ ਸੋਚਿਆ ਇਹ ਵੀ ਪੁਲਿਸ ਹੈਗੇ ਮਾਰਨ ਵਾਲੇ ਹੈਗੇ, ਸਾਨੂੰ ਡਰ ਲੱਗੇ ਜਿਹੜੇ ਮਿਲਟਰੀ ਲੈ ਗਈ ਕੱਢ ਕੇ ਭਾਈ ਬਾਹਰ ਨਿਕਲੋ ਅਸੀਂ ਤੁਹਾਨੂੰ ਬਚਾਵਾਂਗੇ, ਪਰ ਡਰ ਦੇ ਮਾਰੇ ਕੋਈ ਬਾਹਰ ਨਾ ਨਿਕਲੇ ਕਿ ਇਹੀ ਪੁਲਿਸ ਫਿਰ ਮਾਰ ਦੇਗੀ। ਉੱਥੇ ਇੱਕ ਪੁੱਤ ਵੀ ਸੜਦਾ ਪਿਆ, ਪਿਓ ਰਜਾਈ ਗੁਦੜੀ ਨਾਲ ਲੁਕਿਆ ਹੋਇਆ ਸੀਗਾ, ਉਹ ਬਚ ਕੇ ਆ ਗਿਆ, ਲੈ ਮਿਲਟਰੀ ਨੇ ਬਚਾ ਤਾ। ਮਿਲਟਰੀ ਦਾ ਮੈਂ ਸ਼ੁਕਰੀਆ ਅਦਾ ਕਰਦੀ ਹਾਂ ਜਿਹਨੇ ਸਦਾ ਸੀ ਕਿਸੇ ਦਾ ਵੀ ਬਚ ਗਿਆ। ਬਾਕੀ ਇਹਨਾਂ ਨੇ ਕੱਖ ਨਹੀਂ ਛੱਡਿਆ, ਸਨਮਾਨ ਅਤੇ ਕਸਰ ਨਹੀਂ ਛੱਡੀ, ਮਾਰ ਕੇ ਹੀ ਸਾਹ ਲਿਆ ਇਹਨਾਂ ਨੇ। ਇੱਕ ਮੇਰਾ ਨਣਦ ਹੋਈ ਸੀਗਾ 60 ਸਾਲ ਦਾ, ਉਹਦੇ ਮੂੰਹ 'ਚ ਦੰਦ ਵੀ ਨਹੀਂ ਸੀਗੇ, ਉਹ ਟੁੱਟੇ ਭੱਜੇ ਘਰ 'ਚ ਲੁਕੇ ਸਨ, ਉਹ ਟੱਪ ਕੇ ਆ ਗਏ ਆਪਣੀ ਘਰਾਂ ਨੂੰ ਤਾਂ ਪੜੋਸੀ ਸਾਹਮਣੇ ਗਲੀ 'ਚ ਨਜ਼ਰ ਕਰਦੇ ਸੀ, ਕਹਿੰਦਾ ਉਹ ਸਰਦਾਰ ਕੁੱਦ ਕੇ ਗਿਆ ਉੱਥੇ ਹੀ ਆ ਗਏ ਉਹਦੇ ਘਰ। ਉਹਦਾ ਪੁੱਤ ਸੀਗਾ ਇੱਕ ਨਣਦ ਹੋਈ ਸੀਗਾ ਮੇਰਾ, ਉਹ ਖਿੱਚ ਕੇ ਲੈ ਗਏ ਮੇਰੇ ਨੰਦੇ ਬੁਤੇਰੇ ਹੱਥ ਪੈਰ ਜੋੜੇ ਨਹੀਂ ਛੱਡੇ, ਕਦੇ ਨਹੀਂ ਤੇਰੇ ਲੰਗੜੇ ਪੁੱਤ ਨੂੰ ਵੀ ਮਾਰ ਦੇਵਾਂਗੇ, ਚਲੀ ਜਾ ਇੱਧਰ ਬੁੱਢੀਆ। ਚਲੀ ਗਈ ਵਿਚਾਰੀ, ਕੀ ਕਰੇ ਫਿਰ, ਕਹੀ ਕਿ ਬੇਟਾ ਤੋਂ ਬਚਾਈ ਲਓ, ਅਤੇ 60 ਸਾਲ ਦੇ ਜਿਹਦੇ ਦੰਦ ਨਹੀਂ ਸੀਗੇ ਉਹ ਕਿਹੜਾ ਕਿਸੇ ਨਾਲ ਲੜਦਾ, ਉਹਨੂੰ ਵੀ ਮਾਰ ਦਿੱਤਾ। ਉਹਨਾਂ ਦੇ ਘਰ 'ਚ ਹੀ ਸੀਗੇ ਅਸੀਂ, ਫਿਰ ਤਾਂ ਅਸੀਂ ਰੋਂਦੀ ਹੈਪੀਟ ਦੇ ਚਲੇ ਗਏ। ਫਿਰ ਆ ਗਈ ਮਿਲਟਰੀ, ਲੈ ਗਈ ਸਾਨੂੰ ਰਕਾਬਗੰਜ ਗੁਰਦੁਆਰੇ ਛੱਡ ਦਿੱਤਾ, ਉੱਥੇ ਜਾ ਕੇ ਸਾਹ ਲਿਆ। ਬੱਚੇ ਛੋਟੇ ਛੋਟੇ ਸੀਗੇ, ਬੱਚੇ ਵੀ ਕਹਿੰਦੇ ਇਹ ਕੀ ਹੋ ਗਿਆ, ਬੱਚੇ ਵੀ ਸਹਿਮ ਗਏ ਸੀਗੇ, ਪਾਣੀ ਨਹੀਂ ਅਨਕਾ ਦਾਣਾ ਕਿੱਥੇ ਵੀ, ਇਹੋ ਜੀ ਚਾਹੇ ਹਿੰਦੁਸਤਾਨ ਪਾਕਿਸਤਾਨ ਹੋਇਆ ਤਦ ਵੀ ਨਹੀਂ ਹੋਇਆ ਸੀਗਾ ਇਸ ਤਰ੍ਹਾਂ, ਯਦੀ ਕੋਈ ਮਰਖਾ ਭਜਾਏ ਜਾਂ ਕਿਸੇ ਨੂੰ ਕੋਈ ਪੁੱਛੇ ਨਾ, ਇਹ ਹਿੰਦੁਸਤਾਨ ਦੇ ਵਿੱਚ, ਅਸੀਂ ਵੀ ਤਾਂ ਹਿੰਦੁਸਤਾਨ ਦੇ ਵਿੱਚ ਸੀਗੇ ਹੀ, ਵੀ ਸਾਡੇ ਨਾਲ ਇੰਨਾ ਬੇਇਨਸਾਫ ਕਿਉਂ ਹੋਇਆ, ਵੀ ਸਰਕਾਰ ਸਮਝੇ ਇਸ ਗੱਲ ਨੂੰ, ਸਾਨੂੰ ਇਨਸਾਫ ਤੋਂ ਦੇਵੇ, ਘੱਟ ਤੋਂ ਘੱਟ ਉਹਨਾਂ ਦੇ ਬੱਚੇ ਨੂੰ ਕੁਛ ਤੋਂ ਦੇਵੇ, ਬੱਚੇ ਕਾਮਯਾਬ ਹੋਣ, ਬੱਚੇ ਕਿੱਥੇ ਜਾਣ, ਉੱਤੋਂ ਸਾਨੂੰ ਦੁੱਖ ਇੱਕ ਤੋਂ ਕੰਮ ਕਾਰ ਹੈ ਨਹੀਂ, ਉੱਤੋਂ ਬਿਜਲੀ ਦੇ ਬਿੱਲ ਇੰਨੇ ਭੇਜੀ ਜਾਂਦੇ ਸਾਡਾ ਤੋਂ, ਕਦੀ ਟੈਕ ਦੇ ਨਾਲ ਬੀਬੀਆਂ ਮਰੀ ਜਾਂਦੀਆਂ, ਦੁੱਖ ਕਿੰਨਾ ਹੈਗਾ ਤੇ ਸਰਕਾਰ ਕੀ ਹੈ। ਸਾਰੀਆਂ ਗੱਲਾਂ ਤੇ ਤੁਹਾਡੇ ਬੱਚੇ ਕਿੰਨੇ ਸੀ ਉਦੋਂ ਜਦੋਂ ਫਿਰ ਅਟੈਕ ਹੋਇਆ ਸੀ? ਜਦੋਂ ਬੱਚੇ 5 ਵਜੇ, 3 ਕੁੜੀਆਂ 2 ਮੁੰਡੇ। ਕਿਹੜੇ ਹਾਲਾਤਾਂ 'ਚ ਬਚਾਏ, ਕਿਵੇਂ ਬਚਾਏ? ਉਹ ਇਸ ਤਰ੍ਹਾਂ ਹੀ ਨਾ ਬਚ ਗਏ ਨੇ, ਇੱਕ ਦੂਜੇ ਨਾਲ ਇਕੱਠੇ ਹੋ ਕੇ ਛਿਪੇ ਹੋਏ ਸਨ, ਫਿਰ ਜਨਾਨੀਆਂ ਬਚ ਗਈਆਂ, ਬਾਕੀ ਬੰਦੇ ਨੂੰ ਤਾਂ ਕੱਢ ਕੇ ਲੈ ਗਏ, ਬੰਦੇ ਨੂੰ ਮਾਰ ਦਿੱਤਾ ਜੀ। ਔਰਤਾਂ ਨੂੰ ਵੀ ਕੁਛ ਕਹਿੰਦੇ ਸੀ, ਉਹ ਭੀੜ ਸੀ ਜਿਹੜੀ ਭੇਜੀ ਹੋਈ ਸੀ? ਹਾਂਜੀ, ਜਿਹੜੇ ਔਰਤਾਂ ਨੂੰ ਦੇਖਦੇ ਸੀਗੇ, ਫਿਰ ਉਹਨਾਂ ਨੂੰ ਪਤਾ ਸੀ ਕਿ ਇਸ ਕਾਨੂੰਨ ਦੀ ਕਿਸੇ ਨੌਜਵਾਨ ਹੈਗੀ, ਕਿਸੇ ਦੀ ਧੀ ਜਵਾਨ ਹੈਗੀ, ਫਿਰ ਉਹ ਲੈ ਜਾਂਦੇ ਸੀਗੇ। ਅਸੀਂ ਬੇਬਸੇ ਹੋ ਗਏ ਜਦੋਂ ਸਰਕਾਰ ਨੇ ਹੱਥ ਖੜ੍ਹੇ ਕਰ ਦਿੱਤੇ, ਅਤੇ ਫਿਰ ਬਾਕੀ ਬੀਬੀਆਂ ਕੀ ਕਰਦੀਆਂ, ਕੁਛ ਨਹੀਂ ਕਰ ਸਕੀਆਂ। ਹਾਂਜੀ, ਔਰਤਾਂ ਨੂੰ ਚੱਕੇ ਲੈ ਗਏ, ਕੁਛ ਨਹੀਂ ਕਹਿ ਸਕਦੇ। ਜਿਹੜੀ ਬੀਬੀ ਮਰ ਗਈ, ਜਿਹੜੀ ਗੁਰਦਿਆਲੀ ਕੌਰ, ਗੁਰਵੀਤ ਕੌਰ,
ਉਹ ਕਿੰਨੀ ਵੱਡੀ ਸੀਗੀ, ਉਹਨੂੰ ਵੀ ਲੈ ਗਏ। ਉਹਦੇ ਮੋਹਨ ਸਿੰਘ ਦੀ ਬੇਬੀ ਜਿਹੜੇ ਉਹਨੂੰ ਵੀ ਲੈ ਗਏ। ਨਾਲੀ ਦਾ ਬੱਚਾ ਪਾਣੀ ਪੀ ਰਹੇ ਸੀਗੇ। ਇੰਨਾ ਸਾਡੇ ਨਾਲ ਕਾਇਰ ਕੀਤਾ ਹੀ ਆ, ਕੀ ਘੱਟ ਕੀਤਾ ਹੀ ਆ। ਜਦੋਂ ਹਾਲਾਤ ਸੀ ਭੁੱਖੇ ਪਿਆਸੇ, ਫਿਰ ਕਿਵੇਂ ਦਿਨ ਕੱਢੇ, ਕਿਹੜੇ ਹਾਲਾਤ ਬਣ ਗਏ? ਜਿਵੇਂ ਬੀਬੀਆਂ ਨੂੰ ਜੱਚੇ ਬੱਚੇ ਹੋ ਰਹੇ ਸੀਗੇ, ਜਿਹੜੇ ਜਮੁਨਾ ਪਾਰ ਤੋਂ ਮੇਰੇ ਸਾਰੇ ਪੇਕੇ ਸਨ, ਜਮੁਨਾ ਪਾਰ ਤੋਂ ਉੱਤੇ ਜੱਚੇ ਬੱਚੇ ਹੋ ਰਹੇ ਸੀਗੇ। ਬੀਬੀਆਂ ਨੇ ਐਵੇਂ ਪਰਦਾ ਚੁੰਨੀਆਂ ਦਾ ਲਾ ਕੇ ਉੱਤੇ ਬੱਚਾ ਪੈਦਾ ਹੋਇਆ। ਫਿਰ ਪਰਸ ਬਾਜ਼ਾਰ 'ਚ ਚਲੇ ਗਏ, ਨੰਦੀ ਦਾ ਜਿਹੜਾ ਪਾਣੀ ਸੀਗਾ ਫਿਰ ਬੱਚੇ ਨੂੰ ਪਿਆਇਆ। ਫਿਰ ਉੱਥੇ ਜਿੰਨੇ ਜਿਹਨੂੰ ਖਬਰ ਲੱਗੀ ਕਿ ਇਹ ਕਹਿਰ ਵਰਸਿਆ ਸਿੱਖਾਂ ਦੇ, ਵੀ ਬੱਚੇ ਤੜਫਦੇ ਪਏ ਨੇ, ਦੁੱਧ ਕੋਈ ਨਹੀਂ ਬੱਚਿਆਂ ਮਾਤੇ, ਤਦੋਂ ਉਹ ਫਰਸ਼ ਬਾਜ਼ਾਰ 'ਚ ਸੀਗੀਆਂ, ਅਸੀਂ ਰਕਾਬਗੰਜ ਸੀਗੇ। ਉਹ ਫਿਰ ਜੇ ਦੀ ਫੈਕਟਰੀ ਜਿੱਦਾਂ ਦੀ ਸੀਗੀ, ਯਾਨੀ ਕਿਸੇ ਦੀ ਕੰਬਲ ਦੀ ਫੈਕਟਰੀ, ਉਹ ਵਿਚਾਰੇ ਲਾ ਕੇ ਸਾਨੂੰ ਦੇਈ ਜਾਂਦੇ, ਸੁੱਤੇ ਤੋਂ ਉੱਤੇ ਕੰਬਲ ਪਾਈ ਜਾਂਦੇ। ਨਵੰਬਰ ਦਾ ਮਹੀਨਾ ਸੀਗਾ, ਉਸ ਵੇਲੇ ਤਾਂ ਹੁੰਦੀ ਠੰਡ ਹੈਗੀ, ਅਤੇ ਉੱਥੇ ਫਿਰ ਬੱਚੇ ਦੇ ਉੱਤੇ ਕੰਬਲ ਪਾਉਂਦੇ ਜਾਏ, ਕੋਈ ਦੁੱਧ ਦੀ ਫੈਕਟਰੀ ਉਹ ਦੇ ਗਏ ਬੱਚੇ ਨੂੰ। ਫਿਰ ਸਵਾਰ ਹੋਇਆ ਕਿ ਵੀ ਬੱਚੇ ਦੇ ਲੈਣ ਲਗਾਓ ਜੀ, ਉਹਨਾਂ ਨੂੰ ਦੁੱਧ ਦੇਣਾ ਹੀ ਆ। ਅਸੀਂ ਕਿਹਾ ਕੋਈ ਚੱਲ ਗੁਰੂ ਮਹਾਰਾਜ ਉਹਨਾਂ ਨੂੰ ਤੰਦਰੁਸਤੀ ਬਖਸ਼ੇ, ਕਿਸੇ ਨੇ ਤਾਂ ਸੁਣੀ ਸਾਡੀ। ਇਸ ਤਰ੍ਹਾਂ ਫਿਰ ਕੋਈ ਰੋਟੀ ਪਕਾ ਕੇ ਲੈ ਰਿਹਾ, ਕੋਈ ਕੁਛ ਕਰਕੇ ਲਾ ਰਿਹਾ, ਤਾਂ ਜਾ ਕੇ ਉੱਥੇ ਅਸੀਂ ਬੈਠੇ। ਕਿੰਨੇ ਕੁ ਦਿਨ ਬਾਅਦ ਜਦੋਂ ਉਹ ਘਟਨਾ ਵਾਪਰ ਜਾਂਦੀ ਹੈ, ਕਿੰਨੇ ਦਿਨ ਬਾਅਦ ਮਾਹੌਲ ਆ ਜਿਹੜਾ ਥੋੜ੍ਹਾ ਜਿਹਾ ਠੰਡਾ ਹੁੰਦਾ, ਸੁਖਾਲਾ ਹੁੰਦਾ ਹੈ? ਇਹ ਘੱਟ ਤੋਂ ਘੱਟ ਮਹੀਨੇ ਦੋ ਮਹੀਨੇ ਹੋ ਗਏ ਸੀਗੇ ਬੈਠੇ ਰਹੇ, ਫਰਸ਼ ਬਾਜ਼ਾਰ 'ਚ ਬੈਠੇ ਰਹੇ, ਅਤੇ ਨਾਲੇ ਰਕਾਬਗੰਜ ਗੁਰਦੁਆਰੇ ਬੈਠੇ ਰਹੇ, ਅਤੇ ਨਾਨਕਸਰ ਗੁਰਦੁਆਰੇ 'ਚ ਬੈਠੇ ਰਹੇ। ਫਿਰ ਧੀਰੇ 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 ਰੋਂਦੇ ਰੋਂਦੇ, ਕੋਈ ਕੱਪੜੇ ਦੀ ਪੋਟਲੀ ਲਾ ਰਿਹਾ, ਕੋਈ ਬਰੇਡ ਲਾ ਰਿਹਾ, ਕੋਈ ਦੁੱਧ ਲਾ ਰਿਹਾ, ਉਹ ਚੱਲਦੇ ਰਹੇ। ਅਸੀਂ ਕਿਹਾ ਵੀ ਇੰਨੇ ਚਿਰ ਕਿਸ ਤਰ੍ਹਾਂ ਚੱਲੇਗਾ ਜੀ, ਜਾਂ ਸਾਨੂੰ ਆਪਣੇ ਘਰ 'ਚ ਹੀ ਭੇਜ ਦਿਉ, ਉੱਧਰ ਚਲੇ ਜਾਈਏ। ਉਹ ਕਹਿੰਦੇ ਘਰ ਕਿੱਥੇ ਭੇਜਣਾ ਆ, ਭੇਜਣ ਜਾਣਾ। ਤਾਂ ਉਹ ਤੋਂ ਬਾਅਦ ਫਿਰ 84 ਤੋਂ ਹੋ ਗਈ, 84 ਦਾ ਸਾਰਾ ਹੀ ਮਹੀਨਾ ਉਂਝ ਨਿਕਲ ਗਿਆ, ਠੀਕ ਹੈ। ਫਿਰ 84, ਫਿਰ 1900, ਫਿਰ 85 ਆਈ। 85 ਕੁਛ ਲੋਕ ਜਾਣੇ ਲੱਗੇ ਆਪਣੇ ਆਪਣੇ ਘਰ, ਕੁਛ ਡਰ ਖਤਮ ਹੁੰਦਾ ਗਿਆ, ਅਤੇ ਫਿਰ ਜਾਂਦੇ ਰਹੇ, ਫਿਰ ਵੀ ਡਰਦੇ ਹੀ ਸਨ। ਫਿਰ 1985 ਵਿੱਚ ਫਿਰ ਇਹਨਾਂ ਨੇ ਕੁਆਟਰ ਸਾਨੂੰ ਦੇਣਾ ਸ਼ੁਰੂ ਕਰਤੇ, ਕਹਿੰਦੇ ਉੱਥੇ ਜਾ ਕੇ ਰਹੋ। ਵੀ ਇੱਥੇ ਵੀ ਆਏ ਸੀਗੇ, ਕਿਉਂ ਭਾਂਡੇ ਭੁੰਡੇ ਕੁਛ ਨਹੀਂ ਸੀਗੇ, ਕੋਈ ਸਰੂਪ ਸਿੰਘ ਸੀਗਾ ਕੀਰਤੀ ਨਗਰ ਰਹਿੰਦੇ ਸੀਗੇ, ਉਹ ਥੋੜ੍ਹੇ ਜਿਹੇ ਭਾਂਡੇ ਲੈ ਸਿਲਵਰ ਦੇ, ਕੋਈ ਚੱਕਲਾ ਵੇਲਣਾ ਸੀਗਾ, ਕੋਈ ਸਟੋਵ ਸੀਗਾ ਉਹ ਦੇ ਗਿਆ, ਕੋਈ ਪੰਖਾ ਲਾ ਗਿਆ, ਕੋਈ ਜਿਹੜਾ ਘਰ ਦੇ ਵਿੱਚ ਸਮਾਨ ਸੀ ਸਾਰਾ ਅੱਗ ਲਾ ਕੇ ਸਾੜ ਦਿੱਤਾ ਸੀ, ਕੁਛ ਵੀ ਨਹੀਂ ਛੱਡਿਆ, ਲੁੱਟ ਕੇ ਲੈ ਗਏ। ਹਾਂਜੀ, ਕੁਛ ਲੈ ਗਏ ਲੁੱਟ ਕੇ, ਸਾੜ ਦਿੱਤਾ, ਲੈ ਗਏ ਲੁੱਟ ਕੇ, ਜਿਵੇਂ ਰੱਬ ਨੇ ਉਹਨਾਂ ਨੂੰ ਕੁਛ ਦਿੱਤਾ ਹੀ ਕੋਈ ਨਹੀਂ ਸੀਗਾ ਜ਼ਿੰਦਗੀ ਦੇ ਵਿੱਚ। ਇੰਨਾ ਕਿਸੇ ਨਾਲ ਵੇਰ ਕਰਨਾ ਅੱਛੀ ਗੱਲ ਨਹੀਂ, ਕਿਸੇ ਨੂੰ ਜਿੰਦੇ ਨੂੰ ਸਾੜਨਾ ਅੱਛੀ ਗੱਲ ਨਹੀਂ ਹੈਗੀ। ਬੀਬੀ, ਜਦੋਂ ਘਟਨਾ ਵਾਪਰਦੀ, ਉਸ ਤੋਂ ਬਾਅਦ ਤਾਂ ਜ਼ਿੰਮੇਵਾਰੀ ਫਿਰ ਬਹੁਤ ਵੱਡੀ ਬਣ ਗਈ ਹੋਣੀ ਆ, 5 ਬੱਚਿਆਂ ਨੂੰ ਪਾਲਣਾ, ਕਿਹੜੇ ਕਿਹੜੇ ਹਾਲਾਤਾਂ ਦੇ ਵਿੱਚ ਆਪਣੇ ਬੱਚੇ ਪਾਲੇ ਨੇ? ਫਿਰ ਬਹੁਤ ਹਾਲਾਤ ਖਰਾਬ ਸੀਗੇ, ਜਦੋਂ ਘਰ ਘਰ ਭਾਈ ਸਿੱਖ ਭਾਈ ਆ ਜਾਂਦਾ ਸੀਗਾ, ਤੁਹਾਡੇ ਬੱਚੇ ਕਿੰਨੇ ਜੀ, ਇੰਨੇ ਹੈਗੇ, ਅੱਛਾ ਜੀ ਚਲੋ, ਕੋਈ ਟੁੱਟੇ ਭੱਜੇ ਕੱਪੜੇ ਲਾਉਂਦੇ ਸੀਗੇ, ਬਈ ਇਹ ਬੱਚੇ ਨੂੰ ਪਵਾਓ ਤੁਸੀਂ, ਦੇ ਜਾਣਾ 10-20 ਰੁਪਏ ਦੇ ਜਾਣਾ। ਉਸ ਵੇਲੇ ਠੀਕ ਹੀ ਸੀਗੇ, 10-20 ਰੁਪਏ ਵੀ ਜ਼ਿਆਦਾ ਹੀ ਲੱਗਦੇ ਸਨ। ਫਿਰ ਕੋਈ ਸਟੋਵ ਦੇ ਗਿਆ, ਵੀ ਸਟੋਵ ਦੇ ਕਰੋ, ਕੋਈ ਬੱਤੀ ਵਾਲੇ ਸਟੋਵ ਸੀਗਾ ਉਹ ਦੇ ਗਏ, ਕਰਦੇ ਰਹੇ, ਦੁੱਖ ਸੁੱਖ ਪਾ ਕੇ ਗੁਜ਼ਾਰਾ ਕਰਦੇ ਰਹੇ। ਫਿਰ ਆਪਣੇ ਗੁਰਦੁਆਰੇ ਵਾਲੇ ਨੇ ਫਿਰ ਸਾਡੀ ਫਿਰ ਪੈਨਸ਼ਨ ਲਾਈ ਹੈ, 250 ਰੁਪਏ ਪੈਨਸ਼ਨ ਲਾਈ ਸੀਗੀ। ਹਾਂਜੀ, ਫਿਰ ਉਹ ਲਿਆਉਂਦੇ ਸੀਗੇ, ਚਲੋ ਫਿਰ ਬੱਚੇ ਨੂੰ ਦੁੱਧ ਧਾਰ ਲਾ ਕੇ ਚਾਹ ਪਾਣੀ ਬਣਾ ਕੇ ਪਿਲਾਈਏ ਬੱਚੇ ਨੂੰ, ਕੀ ਕਰੇ, ਸਾਡੇ ਸਮਝਣ ਤੋਂ ਗੱਲ ਬਾਹਰ ਸੀਗੀ, ਪਤਾ ਹੀ ਨਹੀਂ ਲੱਗਦਾ ਸੀਗਾ। ਫਿਰ ਸਾਨੂੰ 86 ਵਿੱਚ ਰਾਜੀਵ ਨੇ
10,000 ਰੁਪਏ ਮੇਰੇ ਕੋਲ ਹਜੇ ਤੱਕ ਪਈ ਹੈ, ਪਰੂਫ ਹੋਏਗਾ ਮੇਰੇ ਕੋਲ। 10,000 ਰੁਪਇਆ ਦਿੱਤਾ ਸੀਗਾ ਸਾਨੂੰ, ਫਿਰ ਉਹ 10,000 ਰੁਪਇਆ ਦਿੱਤਾ ਅਤੇ ਉਹ ਅਸੀਂ ਫਿਰ ਸੋਚਿਆ ਕਿ ਨਹੀਂ ਥੋੜ੍ਹੇ ਥੋੜ੍ਹੇ ਕੱਢ ਕੇ ਬੱਚੇ ਨੂੰ ਕੁਛ ਕਰੀਏ, ਛੋਟੇ ਛੋਟੇ ਬੱਚੇ ਹੈਗੇ, ਫਿਰ ਆ ਗਏ ਕਿ ਬੱਚੇ 'ਤੇ ਕਿਸੇ 'ਤੇ ਐਡਮਿਸ਼ਨ ਹੀ ਕਰਾ ਦਿਉ। ਅਸੀਂ ਕਿਹਾ ਵੀ ਕੀ ਐਡਮਿਸ਼ਨ ਕਰਾਈ, ਸਾਡੇ ਕੋਲ ਕਾਪੀ ਕਿਤਾਬਾਂ ਹੈ ਨਹੀਂ, ਨਾ ਪੈਸਾ ਧੇਲੀ ਹੈਗਾ। ਕਹਿੰਦਾ ਕੋਈ ਨਹੀਂ, ਅਸੀਂ ਕਰ ਲਵਾਂਗੇ ਜੀ। ਫਿਰ ਜਿਵੇਂ ਤਿਵੇਂ ਕਰਕੇ ਛੋਟੇ ਬੱਚਿਆਂ ਦਾ ਐਡਮਿਸ਼ਨ ਕਰਾ ਤਾ। ਬੱਚੇ ਪੜ੍ਹੇ ਨੇ ਕੁਛ? ਹਾਂਜੀ, ਪੜ੍ਹੇ ਨੇ ਕੁਛ, ਬਸ 10ਵੀਂ ਤੋਂ ਅੱਗੇ ਨਿਕਲੇ ਹੀ ਕੋਈ ਨਹੀਂ, ਨਾ ਪੈਸਾ ਸੀਗਾ ਨਾ ਪੜ੍ਹਾਇਆ, ਐਵੇਂ ਰੁੱਲ ਗਿਆ ਬਵੇ। ਬੱਚੇ ਦੀ ਭਵਿੱਖ ਇੰਨੀ ਖਰਾਬ ਹੋਈ ਆ, ਕਿਹਨੂੰ ਕਹੀਏ। ਪਤੀ ਹੋਰ ਕੀ, ਹੋਰ ਵੀ ਕਾਰੋਬਾਰ ਸੀ ਉਸ ਸਮੇਂ ਵਿੱਚ ਤੁਹਾਡਾ, ਕੋਈ ਹੋਰ ਕੀ ਕੰਮ ਕਰਦੇ ਸੀ? ਨਹੀਂ ਕੁਛ ਵੀ ਨਹੀਂ ਕਰਦੇ ਸੀਗੇ, ਬਸ ਗ੍ਰੰਥੀ ਬਣ ਕਰਦੇ ਸੀ, ਉਸਦੇ ਨਾਲੇ ਘਰ ਦਾ ਗੁਜ਼ਾਰਾ ਚੱਲਦਾ ਸੀ ਸਰ ਜੀ। ਤੁਸੀਂ ਵੀ ਗੁਰਦੁਆਰਾ ਸਾਹਿਬ 'ਚ ਰਹਿੰਦੇ ਜਾਂ ਤੁਸੀਂ? ਉਹ ਤਾਂ ਸੇਵਾ ਸਭ ਕਰਦੇ ਸੀਗੇ, ਜੋ ਸਰਦਾ ਸੀਗਾ ਸੇਵਾ ਕਰਦੇ, ਜੋ ਕਿਸੇ ਨੇ ਕੁਛ ਦੇਣਾ ਹੋਵੇ ਬੱਚੇ ਕਰਕੇ, ਭਾਈ ਨਹੀਂ ਚਲੋ ਭਾਈ ਗਿਆਨੀ ਹੈਗਾ ਜਾਣੇ ਸਿਆਣੇ ਬੱਚੇ ਹੈਗੇ ਤਾਂ ਗੁਜ਼ਾਰਾ ਇਹਨਾਂ ਦਾ ਉਂਝ ਹੀ ਹੋ ਜਾਂਦਾ, 10-20 ਰੁਪਏ ਉਂਝ ਹੀ ਕੋਈ ਦੇ ਦਿੰਦਾ ਅਤੇ ਚੱਲ ਜਾਂਦਾ ਸੀਗਾ ਗੁਜ਼ਾਰਾ। ਬਾਕੀ ਕੋਈ ਨਹੀਂ, ਕੰਮ ਕਾਰ ਕਿਹੜਾ ਸੀਗਾ ਜੀ, ਜੋ ਕਰ ਵੀ ਲਈਏ ਅਸੀਂ ਨਹੀਂ ਕਰਦੇ ਸਕਦੇ ਸੀਗੇ ਨਾ ਕੰਮ, ਗੁਰਦੁਆਰੇ ਦੀ ਸੇਵਾ ਵਿੱਚ ਲੱਗੇ ਸਨ। ਉਹਦੇ ਬਾਅਦ ਵਿੱਚ ਸਰਕਾਰਾਂ ਵੀ ਬਦਲੀਆਂ, ਜਿਸ ਤਰ੍ਹਾਂ ਅਕਾਲੀ ਦਲ ਨੂੰ ਪੰਥ ਦੀ ਸਰਕਾਰ ਕਿਹਾ ਜਾਂਦਾ ਨਾ, ਉਹਨਾਂ ਨੇ ਉਸ ਤੋਂ ਬਾਅਦ ਤੁਹਾਡੀ ਬਾਂਹ ਫੜੀ, ਕੋਈ ਮਦਦ ਕੀਤੀ ਉਸ ਤੋਂ ਬਾਅਦ? ਨਹੀਂ, ਇਹਨਾਂ ਨੇ ਕੀ ਕੀਤਾ, ਕੁਛ ਨਹੀਂ ਕੀਤਾ। ਸਾਡੇ ਕੋਲ ਸਾਰੇ 1-1 ਰੁਪਇਆ ਦਾ ਹਿੱਸਾ ਆਵੇਗਾ, ਸਾਡੇ ਕੋਲ ਪੂਰਾ ਪਰੂਫ ਹੋਏਗਾ, ਅਸੀਂ ਕਹਿਣ ਤਾਂ ਅਸੀਂ ਦਿਖਾ ਸਕਦੇ ਹਾਂ ਬਈ ਜਿਹੜੇ ਗੁਰਦੁਆਰੇ ਦੇ ਇਹ ਦੱਸਦੇ ਹਾਂ। ਸੀਸਗੰਜ ਗੁਰਦੁਆਰੇ ਦੇ ਵਿੱਚ 250 ਰੁਪਇਆ ਜ਼ਰੂਰ ਪੈਨਸ਼ਨ ਲੱਗੀ ਸਨ, 250 ਰੁਪਏ ਦੇ ਨਾਲ ਗੁਜ਼ਾਰਾ ਹੋ ਸਕਦਾ ਸੀ, ਪਰ ਉਹ ਰੋ ਰੋ ਕੇ ਗੁਜ਼ਾਰਾ ਕਰਦੇ ਸਨ ਨਾ, ਤੋੜਾ ਤੋੜਾ ਕਰਕੇ। ਜੇ ਬੇਟਾ 5 ਪੈਸੇ ਦੋ, ਉਸ ਵੇਲੇ ਦੁੱਧ ਵੀ ਮਿਲ ਜਾਂਦਾ ਸੀਗਾ, 5 ਪੈਸੇ ਦਾ ਦੁੱਧ ਲਿਆ ਪੋ ਤਾਂ ਚਾਹ ਬਣਾ ਲਈਏ, ਹੋਰ ਕੀ ਕਰੀਏ। ਕਹਿੰਦਾ ਅੱਛਾ ਕੋਈ ਨਹੀਂ। ਫਿਰ ਮੈਂ ਬੱਚੇ ਦੀ ਕਿਸੇ ਦੀ ਦੁਕਾਨ 'ਤੇ ਲਾਈਆਂ ਫੋਟੋਗ੍ਰਾਫਰ ਦੇ, ਉਹ ਦਿੰਦਾ ਸੀਗਾ 1 ਰੁਪਿਆ। ਫਿਰ ਮੁੰਡਾ ਕਹਿੰਦਾ ਕਿ ਮਾਂ ਮੈਂ ਰੁਪਿਆ ਨੂੰ ਕੀ ਕਰਨਾ, ਚੱਲ ਲੈ ਲੈ ਸਾਗ ਸਬਜ਼ੀ ਜਾਂ ਕੋਈ ਦੁੱਧ ਲੈ ਲੈ ਕੁਛ ਵੀ, ਮੈਂ ਚੱਲ ਪੁੱਤ ਕਰ ਲੈਂਦੇ ਬੇਟਾ ਗੁਜ਼ਾਰਾ। ਫਿਰ ਕੀ ਕੰਮ ਕਰਨ ਲੱਗ ਗਏ ਉਸ ਤੋਂ ਬਾਅਦ, ਕਿਉਂਕਿ ਜ਼ਿੰਮੇਵਾਰੀ ਤੁਹਾਡੇ 'ਤੇ ਪੈ ਗਈ ਸਾਰੀ, ਵਿਫਤਾ ਕੇ ਘਰ ਦੇ ਬੱਚਿਆਂ ਨੂੰ ਪਾਲਣਾ, ਫਿਰ ਤੁਸੀਂ ਕੀ ਕਰਦੇ ਰਹੇ? ਇੱਕ ਬੱਸ ਆਉਂਦੀ ਸੀ ਨਿਰਾਣੇ ਤੋਂ, ਉਹ ਉੱਧਰ ਲੈ ਜਾਂਦੀ ਸਨ, ਅਤੇ ਬਈ ਛੋਟਾ ਮੋਟਾ ਕੰਮ ਕਰਨਾ ਕੁਛ ਜੀ, ਨਹੀਂ ਕੋਈ ਉਹਨਾਂ ਦੀ ਫੈਕਟਰੀ ਸੀਗੀ ਅਤੇ ਬੀਬੀਆਂ ਕਾਫੀ ਬੱਸ ਭਰ ਕੇ ਜਾਂਦੀ ਸੀਗੀ, ਅਤੇ ਛੋਟਾ ਮੋਟਾ ਉੱਥੇ ਜਾ ਕੇ ਕੰਮ ਕਰਦੇ ਸੀਗੇ ਕਟਾਈ ਬੁਣਾਈ ਦਾ, ਅਤੇ ਫਿਰ ਉੱਧਰ ਵੀ ਥੋੜ੍ਹਾ ਬਹੁਤ ਮਿਲ ਜਾਂਦੇ ਸੀਗੇ, ਪਰ ਧੱਕੇ ਬਹੁਤ ਤੇਰੇ ਖਾਧੇ ਆ ਇਹਨਾਂ ਨੇ। ਤੁਸੀਂ ਕਹਿ ਰਹੇ ਸੀ ਕਿ ਬਿੱਲ ਬਹੁਤ ਜ਼ਿਆਦਾ ਆ ਗਿਆ, ਹੁਣ ਤਾਂ ਵੀ ਇੰਨੇ ਹਾਲਾਤ ਮਾਰ ਕੇ ਮਾੜੇ ਹੋ ਗਏ ਨੇ, ਕਿ ਅਸੀਂ ਬਿੱਲ ਭਰੀਏ ਕਿੱਥੋਂ ਜਾਂ ਕਮਾਉਣ ਦਾ ਕੋਈ ਸਾਧਨ ਹੀ ਨਹੀਂ ਹੈ? ਇਹ ਹੁਣ ਬਿੱਲ ਇੰਨਾ ਹੈਗਾ, ਮੈਂ ਦੇ ਸਕਦੀ ਹਾਂ, ਮੇਰੇ ਕੋਲ ਇੰਨਾ ਪੈਸਾ ਹੈਗਾ। ਮੇਰੇ ਹੱਥ ਦੇ ਵਿੱਚ ਇੱਕ ਬਿੱਲ ਵੀ ਆ, ਜੋ ਕਿ ਇਹਨਾਂ ਪੀੜਿਤ ਪਰਿਵਾਰਾਂ ਨੂੰ ਹੁਣ ਬਿੱਲ ਆ ਰਹੇ ਨੇ। ਇਹ ਬਿੱਲ ਦੀ ਅਮਾਉਂਟ ਜਿਹੜੀ 2,46,780 ਰੁਪਏ ਆ, 2,00,000 ਤੋਂ ਜਾਣੀ ਕਿ 2.5 ਲੱਖ ਦੇ ਨੇੜੇ ਤਾਂ ਇਹ ਬਿੱਲ ਆ, ਪਰ ਹੁਣ ਇਹ ਪਰਿਵਾਰ ਭਰਨ ਕਿੱਥੋਂ ਬਿੱਲ, ਕਿਉਂਕਿ ਗਰੀਬ ਪਰਿਵਾਰ ਨੇ, ਪੀੜਿਤ ਪਰਿਵਾਰ ਨੇ, ਘਰਾਂ ਦੇ ਜੀ ਵੀ ਚਲੇ ਗਏ ਇਸ ਦੁਨੀਆਂ ਤੋਂ, ਕਮਾਉਣ ਦਾ ਕੋਈ ਸਾਧਨ ਨਹੀਂ ਰਿਹਾ, ਪਰ ਇੰਨੇ ਇੰਨੇ ਪੈਸੇ ਕਿਵੇਂ ਭਰ ਸਕਦੇ ਨੇ? ਵੀ ਇੰਨੇ 2.5 ਲੱਖ ਰੁਪਏ ਦੇ ਨੇੜੇ ਤੇੜੇ ਇਹ ਬਿੱਲ ਆਇਆ, ਫਿਰ ਇਹ ਤਾਂ ਕਿੱਥੋਂ ਭਰਿਆ ਜਾ ਸਕਦਾ, ਜਦੋਂ ਕੋਈ ਗੁਜ਼ਾਰਾ ਕਰਨ ਦਾ ਕੋਈ ਸਾਧਨ ਹੀ ਨਹੀਂ ਹੈ, ਕੋਈ ਆਮਦਨ ਦਾ ਸੋਰਸ ਨਹੀਂ ਹੈ? ਇਹ ਸਰਕਾਰ ਨੂੰ ਸੋਚਣਾ ਚਾਹੀਦਾ ਨਾ, ਬੇਜੀ ਜਾ ਰਹੇ ਬਿੱਲ, ਜਦੋਂ ਕਮਾਉਣ ਵਾਲਾ ਕੋਈ ਰਿਹਾ ਹੀ ਨਹੀਂ, ਕੁਛ ਵੀ ਨਹੀਂ ਤਾਂ ਹੈਗਾ ਹੜ ਪੱਲੇ, ਨੌਕਰੀ ਨਹੀਂ ਹੈਗੇ। ਅਸੀਂ ਸੋਚਦੇ ਹਾਂ ਕਿ ਚੱਲ ਟੂਟੀ ਭੱਜੀ ਜਿੱਦਾਂ ਦੀ ਵੀ, ਕੋਈ ਇੱਕ ਨੌਕਰੀ ਸਾਡੇ ਬੱਚੇ ਨੂੰ ਦੇ ਦੇਵੇ ਅਤੇ ਫਿਰ ਸਾਡਾ ਜੀਰਾ ਕਰਕੇ ਦੇਵੇ,
ਉਹਤੇ ਬਾਅਦ ਅਸੀਂ ਫਿਰ ਜਿੰਨਾ ਵੀ ਬਣੇਗਾ ਅਸੀਂ ਦਿੰਦੇ ਰਹਾਂਗੇ। ਹੁਣ ਗੱਲ ਵੀ ਚੱਲੀ ਹੈਗੀ, ਕਹਿੰਦੇ ਵੀ ਸਾਡੇ ਨੀਅਰ ਅਬਾਊਟ 430 ਅਤੇ ਪਰਿਵਾਰਾਂ ਦੀ ਜਿਹੜੀ ਵੈਰੀਫਿਕੇਸ਼ਨ ਹੋ ਰਹੀ ਹੈ ਕਿ ਉਹਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ, ਉਹਨਾਂ ਦੀ ਉਮਰ ਨੂੰ ਵੀ ਛੋਟ ਹੋਏਗੀ ਅਤੇ ਪੜ੍ਹਾਈ ਦੀ ਵੀ ਛੋਟ ਹੋਏਗੀ। ਹਾਂਜੀ, ਅਤੇ ਉਹ ਕੀ ਕਹਿੰਦੇ ਆਪਣਾ ਭਰੇ ਹੋਏ ਨੇ ਫਾਰਮ, ਨੌਕਰੀ ਜਦੋਂ ਆਵੇ ਕਿਸੇ ਦੀ ਵੀ ਆਵੇ, ਮੁੰਡੇ ਹੈ ਨਾ, ਮੁੰਡੇ ਦੇ ਐਵੇਂ ਦੋ ਤਰੇ ਦਾ ਤਰੇ ਤੋਂ ਆਉਣ ਤੋਂ ਰਹੀ ਆ, ਮੁੰਡਾ ਮੇਰਾ ਵੱਡੇ ਵਾਲਾ ਉਹ ਕਰ ਲਏਗਾ, ਦਸ ਦਸ ਵੀਹ ਸਾਲ ਕਰ ਲਏਗਾ, ਉਹੀ ਬਹੁਤ ਆ, ਦਵੇ ਸਹੀ ਨਾਲੇ ਮੌਜਾ ਵੀ ਦਵੇ ਅਤੇ ਬੱਚੇ ਦਾ ਜੀਵਨ ਥੋੜ੍ਹਾ ਸਫਲ ਹੋਵੇ। ਅਸੀਂ ਕੀ ਕਰੀਏ ਫਿਰ, ਕੁਛ ਨਹੀਂ ਕਰ ਸਕਦੇ। ਹੁਣ ਤੱਕ ਕੋਈ ਮੁਆਵਜ਼ਾ ਤੁਹਾਨੂੰ ਕਿੰਨਾ ਕੁ ਮਿਲ ਚੁੱਕਿਆ ਹੁਣ ਤੱਕ, ਮਿਲਿਆ ਕੋਈ? ਹੁਣ ਕੀ ਮਿਲਿਆ, ਇੱਕ ਵਾਰ ਤੀਹ ਅਤੇ 3 ਲੱਖ ਮਿਲਿਆ ਸੀਗਾ, ਇੱਕ ਵਾਰੀ 5 ਲੱਖ ਮਿਲੇ ਸਨ, ਇੱਕ ਵਾਰੀ 2.5 ਲੱਖ ਮਿਲੇ ਸਨ। ਹਾਂਜੀ, ਉਹ ਤੋਂ ਬਾਅਦ ਫਿਰ ਅਸੀਂ ਬੱਚਿਆਂ ਦਾ ਵਿਆਹ ਵੂ ਕਰਵਾਇਆ, ਬੱਚੇ ਫਿਰ ਆਪਣੇ ਘਰ ਬਾਹਰ ਵੜ ਗਏ, ਘਰ ਵੀ ਹਲਕੇ ਫੁਲਕੇ ਮਿਲ ਗਏ। ਪਰ ਉਹੀ ਨਾ, ਜਿੱਥੇ ਸ਼ਾਹੂਕਾਰ ਦੇ ਨਾਲ ਸ਼ਾਹੂਕਾਰ ਟੱਕਰਦਾ ਹੈ, ਗਰੀਬੀ ਨਾਲ ਗਰੀਬ ਟੱਕਰਦਾ ਹੀ ਆ, ਕੁੜੀਆਂ ਵੀ ਦੁਖੀ ਹੈ ਕਿ ਵਿਚਾਰੀਆਂ। ਜਿੱਥੇ ਰਹਿੰਦੇ ਕਹਿੰਦੇ ਵੀ ਇਹਨਾਂ ਘਰਾਂ ਦੀ ਵੀ ਹਾਲਤ, ਜਿਹੜੇ ਫਲੈਟ ਮਿਲੇ ਹੋਏ ਸੀ ਤੁਹਾਨੂੰ, ਇਹਨਾਂ ਦੀ ਵੀ ਹਾਲਤ ਬੜੀ ਤਰਸਯੋਗ ਹੈ ਵੀ ਢਹਿ ਢੇਰੀ ਹੋਣ ਦੇ ਕੰਢੀ। ਕਿਹੜੇ ਵਾਲੇ? ਆਪਣਾ ਥੋੜ੍ਹਾ ਕੀ ਮਕਾਨ ਨੇ? ਹਾਂਜੀ, ਢਹਿ ਰਹੇ ਸੀਗੇ, ਕਹਿ ਤਾਂ ਰਹੀ ਹਾਂ ਕਿ ਜਿੰਨੇ ਵੀ ਪੈਸੇ ਸੀਗੇ ਨਾ, ਅਸੀਂ ਤਾਂ ਮਕਾਨਾਂ ਦੇ ਉੱਤੇ ਪੈਸਾ ਲਾਇਆ, ਤਦ ਜੇ ਰਹਿਣ ਜੋਗੇ ਹੋਏ ਨੇ, ਤਾਂ ਟੱਪ ਦੇ ਟੱਪ ਕਰਦੇ ਸੀਗੇ, ਉੱਧਰ ਟੁੱਟ ਗਿਆ, ਉੱਧਰ ਦੀਵਾਰ ਡਿੱਗ ਗਈ, ਉੱਧਰ ਡਿੱਗ ਗਈ, ਬਾਹਰੋਂ ਵੀ ਦੇਖੋ ਹਾਲਤ ਖਰਾਬ ਹੈ, ਪੈਸਾ ਉੱਤੇ ਲਾਇਆ ਤਦ ਰਹਿਣ ਜੋਗੇ ਹੋਏ ਆ। ਸਾਨੂੰ ਪਤਾ ਹੈ ਨਾ ਕਿ ਅਸੀਂ ਰਵਾਂਗੇ ਇੱਥੇ, ਜਾਵਾਂਗੇ ਕਿੱਥੇ, ਅਤੇ ਆਏ ਮਕਾਨ ਦੇ ਵੀ ਇਹ ਦੀ ਕਿਸ਼ਤ ਆਈ ਵੀ, ਮੇਰੇ ਕੋਲ ਲੈਟਰ ਹੈਗਾ, ਅਤੇ ਹੁਣ ਮਕਾਨ ਦੀ ਕਿਸ਼ਤ ਵੀ ਆ ਗਈ ਹੈ, ਬਿਜਲੀ ਦਾ ਬਿੱਲ ਵੀ ਆ ਗਿਆ ਹੈ। ਉਹ ਤਾਂ ਲਿਆ ਦਿਆ ਕੁਛ ਨਹੀਂ, ਸਰਕਾਰ ਨੇ ਇਨਕੁਆਇਰੀ ਨਹੀਂ ਕੀਤੀ, ਸਰਕਾਰ ਨੇ ਸਾਡੇ ਬੱਚਿਆਂ ਵਾਸਤੇ ਕੁਛ ਨਹੀਂ ਕੀਤਾ, ਹੱਥਾਂ ਨਾਲ ਕਤਲੇਆਮ ਕਰਾਇਆ, ਖੜ੍ਹੇ ਹੋ ਕੇ ਕਤਲੇਆਮ ਕਰਾਇਆ, ਜਦੋਂ ਇੰਨੀ ਹਾਲਤ ਹੋਣ ਦੇ ਬਾਵਜੂਦ ਰਾਜੀਵ ਕਹਿੰਦਾ ਹੀ ਆ ਬੜਾ ਪੇੜ ਗਿਰਤਾ ਅਤੇ ਪ੍ਰਿਥਵੀ ਹਿਲਤੀ ਹੈ। ਜੇਕਰ ਪ੍ਰਿਥਵੀ ਹਿਲੀ ਤਾਂ ਕੇਵਲ ਸਿੱਖੋ ਕਿਲੀ ਹੈ, ਕਿਉਂ ਹਿਲੀ? ਸਿੱਖੀ ਕਿਉਂ ਲਪਟੇ 'ਚ ਆ ਗਏ? ਛੋਟੇ ਨੇ ਮੋਟੇ ਕੁਛ ਵੀ ਨਹੀਂ ਛੱਡੇ, ਨਾ ਘਰ ਬਾਰ ਛੱਡਿਆ, ਇਸ ਤਰ੍ਹਾਂ ਪ੍ਰਿਥਵੀ ਹਿੱਲ ਗਈ ਸਾਡੇ ਵਾਸਤੇ। ਬਿਲਕੁਲ, ਅਤੇ ਜਦੋਂ ਉਹ ਭੀੜ ਸੀ, ਜਦੋਂ ਸਿੱਖਾਂ ਨੂੰ ਚੁਣ ਚੁਣ ਕੇ ਮਾਰ ਰਹੇ ਸੀ, ਕਿਹੜੇ ਨਾਰੇ ਸੀ ਉਹਨਾਂ ਦੇ, ਕੀ ਗੱਲਾਂ ਕਰਦੇ ਸੀ ਉਹ, ਕਿਵੇਂ ਆਵਾਜ਼ਾਂ ਆਉਂਦੀਆਂ ਸੀ, ਕਿਸ ਤਰ੍ਹਾਂ ਦੀਆਂ ਨਾਅਰੇਬਾਜ਼ੀ ਕਰਦੇ ਸੀ ਉਹ? ਨਾਅਰੇਬਾਜ਼ੀ ਕਰਦੇ ਕਿ ਜੀ ਪਕੜੋ ਪਕੜੋ ਉਹ ਗਿਆ ਸਰਦਾਰ, ਪਕੜੋ ਪਕੜੋ ਮਤ ਛੋੜੋ ਇਸਕੋ, ਭਾਗਤਾ ਹੋ ਤੋ ਲਾਠੀ ਮਾਰੋ, ਇਸਕੀ ਲਾਤੇ ਤੋੜ ਦੋ, ਨਹੀਂ ਭਾਗੇਗਾ, ਬਾਅਦ ਮੇ ਹਮ ਉਨਕੋ ਦੇਖ ਲੇਂਗੇ, ਜਲਾ ਦੇਂਗੇ ਉਸਕੋ, ਮੱਟੀ ਤੇਲ ਡਾਲ ਕੇ ਜਲਤਾ ਰਹੇਗਾ ਸਾਲਾ, ਹਮਾਰੀ ਮਾਂ ਕੋ ਮਾਰਾ ਹੈ, ਹਮ ਨਹੀਂ ਛੋੜੇਂਗੇ ਇਨਕੋ, ਚਾਹੇ ਕੁਛ ਵੀ ਹੋ ਜਾਏ। ਮਾਇਆ ਨਾ ਹੁੰਦਾ ਹੀ ਆ, 3 ਦਿਨ 3 ਰਾਤਾਂ ਹੇ ਗੂੰਗੀ ਬੈਰੀ ਸਰਕਾਰ, ਤੇਰਾ ਖਾਨਾ ਖਰਾਬ ਜਾਵੇ, ਤੂੰ ਕੁਛ ਹੀ ਬਚਾ ਦਿੰਦਾ, ਕੋਈ ਸਾਡੇ ਚਾਚੇ ਤਾਈ ਬਚ ਜਾਂਦੇ, ਲੇਕਿਨ ਦੇਖਿਆ ਹੀ ਨਹੀਂ ਉਹਨੇ, ਤੇ ਇੰਨਾ ਸਾਡੇ ਨਾਲ ਬੇਇਨਸਾਫ ਹੁੰਦਾ ਰਿਹਾ। ਸਰਕਾਰ ਕਰਵਾਉਂਦੀ ਨਹੀਂ ਬੈਠੀ, ਪੁਲਿਸ ਨੂੰ ਕਹਿੰਦੇ ਭਾਈ ਸਾਹਿਬ ਜੀ ਬਚਾ ਲਓ, ਕਹਿੰਦਾ ਜੀ ਹਮ ਨਹੀਂ ਬਚਾ ਸਕਦੇ, ਅਤੇ ਇਸਕਾ ਮਤਲਬ ਅਤੇ ਜਿਹਦੀ ਸਰਕਾਰ ਸੀਗੀ ਅਤੇ ਉਹਨੇ ਭੜਕਾਇਆ ਨਾ ਪੁਲਿਸ ਨੂੰ ਵੀ, ਅਤੇ ਪੁਲਿਸ ਹੁਣ ਤਾਂ ਕਿੱਥੇ ਜਾਓ, ਮਾੜਾ ਜਿਹਾ ਕੋਈ ਕਿਸੇ ਦਾ ਐਕਸੀਡੈਂਟ ਹੋਵੇ ਅਤੇ ਚਾਈ ਚਾਈ ਕਰਦੀ ਦੌੜੇਗੀ ਪੁਲਿਸ ਉਹਨੂੰ ਬਚਾਉਣ ਵਾਸਤੇ, ਅੱਖਾਂ ਦੇ ਸਾਹਮਣੇ ਜਲਦੇ ਪਏ ਨੇ, ਤੁਸੀਂ ਨੇ ਆਪਣੀ ਅੱਖਾਂ ਸਾਹਮਣੇ ਜਲਦੇ ਦੇਖੇ ਨੇ, ਬੰਦੇ ਦੇਖੇ ਨੇ ਟੱਪ ਟੱਪ ਕੇ ਜਾਂਦੇ ਲਾਸ਼ਾਂ ਨੂੰ, ਬੰਬੜ ਮੱਚਿਆ ਹੋਇਆ।
ਇਹ ਉਹ ਦਰਦ ਅੱਜ ਵੀ ਆਪਣੇ ਸੀਨੇ ਦੇ ਵਿੱਚ ਵਸਾਈ ਬੈਠੇ ਨੇ। 40 ਸਾਲ ਦਾ ਸਮਾਂ ਭਾਵੇਂ ਕਿ ਬਹੁਤ ਸਮਾਂ ਹੁੰਦਾ, ਪਰ ਜਦੋਂ ਉਹ ਦਿਨਾਂ ਨੂੰ ਯਾਦ ਕੀਤਾ ਜਾਂਦਾ ਹੈ ਤਾਂ ਫਿਰ ਅੱਖਾਂ ਦੇ ਵਿੱਚ ਹੰਝੂ ਹੀ ਨਜ਼ਰ ਆਉਂਦੇ। ਦੇਖ ਸਕਦੇ ਹੋ ਕਿ ਬੀਬੀ ਸਾਡੇ ਨਾਲ ਨੇ, ਬੜਾ ਮਨ ਇਹਨਾਂ ਦਾ ਭਾਵਕ ਹੈ, ਅੱਖਾਂ ਦੇ ਵਿੱਚ ਹੰਝੂ ਵਗ ਰਹੇ ਨੇ, ਤਾਂ ਪਤੀ ਦੀ ਵੀ ਕਿਤੇ ਨਾ ਕਿਤੇ ਯਾਦ ਆਉਂਦੀ ਹੈ। ਤਾਂ 5 ਬੱਚਿਆਂ ਨੂੰ ਪਾਲਣਾ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਜਦੋਂ ਕਿ ਆਪਣੇ ਪਤੀ ਦਾ ਛਾਇਆ ਸਿਰ 'ਤੇ ਨਾ ਹੋਵੇ। ਅੱਖਾਂ ਦੇ ਵਿੱਚ ਸਾਰੀਆਂ ਉਹ ਤਸਵੀਰਾਂ ਸਾਹਮਣੇ ਆ ਜਾਂਦੀਆਂ ਨੇ ਜਦੋਂ ਸਿੱਖਾਂ ਨੂੰ ਜਿਉਂਦੇ ਸਾੜ ਦਿੱਤਾ ਗਿਆ, ਉਹਨਾਂ ਦੇ ਗਲਾਂ ਦੇ ਵਿੱਚ ਬਲ ਦੇ ਟਾਇਰ ਪਾਏ ਗਏ ਨੇ, ਤਾਂ ਉਹ ਤਸਵੀਰਾਂ ਹਜੇ ਵੀ ਪਈਆਂ ਨੇ। ਉਹ ਜਦੋਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਹਰ ਕਿਸੇ ਦੇ, ਤਾਂ ਮਨ ਨੂੰ ਝੰਝੋੜ ਕੇ ਰੱਖ ਦਿੰਦੀਆਂ ਨੇ। ਇਨਸਾਫ਼ ਦੀ ਗੁਹਾਰ ਲਗਾਤਾਰ ਲਗਾਈ ਜਾ ਰਹੀ ਹੈ, ਪਰ ਇਨਸਾਫ਼ ਹਜੇ ਤੱਕ ਨਹੀਂ ਮਿਲਿਆ। ਬੱਚਿਆਂ ਦਾ ਭਵਿੱਖ ਰੁਲ ਗਿਆ, ਘਰ ਰਹਿਣ ਦੇ ਲਈ ਘਰ ਨੇ ਜਿਹੜੇ ਉਹ ਵੀ ਟੈਟੇਰੀ ਹੋਣ ਦੇ ਕੰਢੇ ਨੇ। ਬਿਜਲੀ ਦੇ ਜਿਹੜੇ ਬਿੱਲ ਨੇ ਉਹ ਲੱਖਾਂ ਰੁਪਏ ਦੇ ਵਿੱਚ ਆ ਰਹੇ ਨੇ, ਉਹ ਬਿੱਲ ਕਿਵੇਂ ਭਰਨਗੇ ਪਰਿਵਾਰ? ਹਾਲਾਤ ਦੇਖਣੇ ਚਾਹੀਦੇ ਨੇ ਸਰਕਾਰ ਨੂੰ ਕਿ ਇਹਨਾਂ ਦੇ ਹਾਲਾਤ ਕੀ ਨੇ। ਹੁਣ ਗੱਲ ਜ਼ਰੂਰ ਚੱਲੀ ਹੈ ਕਿ ਉਹਨਾਂ ਪਰਿਵਾਰਾਂ ਦੇ ਮੈਂਬਰਾਂ ਨੂੰ ਨੌਕਰੀ ਦਿੱਤੀ ਜਾਵੇਗੀ, ਪਰ ਜਦੋਂ ਨੌਕਰੀ ਮਿਲੇਗੀ ਉਦੋਂ ਹੀ ਪਤਾ ਚੱਲੇਗਾ। ਭਾਵੇਂ ਕਿ ਹੁਣ ਵੈਰੀਫਿਕੇਸ਼ਨ ਹੋਣ ਦੀ ਗੱਲ ਕਹੀ ਜਾ ਰਹੀ ਹੈ, ਭਾਵੇਂ ਕਿ ਆਰਡਰ ਵੀ ਹੋਏ ਨੇ ਕਿ ਜਿਹੜੇ ਪੀੜਿਤ ਪਰਿਵਾਰ ਨੇ ਉਹ ਆਪਣਾ ਫਾਰਮ ਭਰਨ, ਕੁਝ ਕੁ ਪਰਿਵਾਰਾਂ ਦੀ ਵੈਰੀਫਿਕੇਸ਼ਨ ਵੀ ਕੀਤੀ ਜਾ ਰਹੀ ਹੈ। ਜਦੋਂ ਪਤਾ ਚੱਲੇਗਾ, ਜਦੋਂ ਨੌਕਰੀ ਮਿਲੇਗੀ। ਮਦਦ ਦੀ ਗੁਹਾਰ ਲਗਾਈ ਜਾ ਰਹੀ ਆ, ਮਨ ਦੇ ਵਿੱਚ ਹਜੇ ਵੀ ਚੀਜ਼ ਹੈ, ਪਰ ਜਿਹੜਾ ਇਨਸਾਫ ਆ ਉਹ ਨਹੀਂ ਮਿਲਿਆ। ਸਾਥੀ ਸੁਖਜਿੰਦਰ ਸਿੰਘ ਦੇ ਨਾਲ ਕੁਲਦੀਪ ਸਿੰਘ ਪੋੜੇ, ਰੋਜ਼ਾਨਾ ਸਪੋਕਸਮੈਨ, TV ਦਿੱਲੀ।